ਖਬਰ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਦੇ ਉੱਪਰ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਹੁਣ ਇੱਕ ਹੋਰ ਗਰੰਥੀ ਦੀ ਪਤਨੀ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਜ਼ਬਰਦਸਤੀ ਉਹਨਾਂ ਦੇ ਘਰ ਦਾਖਲ ਹੋਇਆ ਸੀ ਤੇ ਪਿਸਤੌਲ ਦੇ ਨੋਕ ਤੇ ਉਹਨਾਂ ਨੇ ਉਸਨੂੰ ਬੰਦੀ ਬਣਾਇਆ ਸੀ ਐਫਆਈਆਰ ਜਿਹੜੀ ਹੈ ਦਰਜ ਕਰਵਾਈ ਗਈ ਹੈ ਸੇਖਪੂਰਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਥੀ ਦੀ ਪਤਨੀ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਹੈ ਜਿਸ ਦੇ ਵਿੱਚ ਉਸਦੇ ਵੱਲੋਂ ਬਿਆਨ ਲਿਖਵਾਏ ਗਏ ਨੇ ਬਿਆਨਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਅ ਪਲੈਟੀਨਾ ਬਾਈਕ ਤੇ ਸਵਾਰ ਹੋ ਕੇ ਆਪਣੇ ਸਾਥੀ ਦੇ ਨਾਲ ਗੁਰਦੁਆਰੇ ਦੇ ਵਿੱਚ ਹੀ ਜਿਹੜੀ ਰਿਹੈਸ਼ ਬਣੀ ਹੋਈ ਹੈ ਉਹਨਾਂ ਦੀ ਉਸ ਦੇ ਵਿੱਚ ਦਾਖਲ ਹੁੰਦਾ ਹੈ ਜਬਰੀ ਦਾਖਲ ਹੁੰਦਾ ਹੈ ਤੇ ਸਾਡੇ ਜਿਹੜਾ ਮੇਰੇ ਬੇਟੇ ਦੇ ਉੱਪਰ ਬੇਟੇ ਦੇ ਉੱਪਰ ਜਿਹੜਾ ਪਿਸਤੌਲ ਤਾਨ ਦਿੰਦਾ ਉਸ ਤੋਂ ਬਾਅਦ ਉਸ ਦੇ ਵੱਲੋਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜਬਰੀ ਬੰਦੀ ਬਣਾਇਆ ਜਾਂਦਾ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਦੇ ਬੇਟੇ ਦੇ ਕੱਪੜੇ ਉਸ ਦੇ ਕੋਲੋਂ ਮੰਗੇ ਜਾਂਦੇ ਨੇ ਤੇ ਨਾਲ ਹੀ ਉਹਨਾਂ ਨੂੰ ਸਤਲੁਜ ਪਾਰ ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਤਲੁਜ ਪਾਰ ਕਰਵਾ ਦਿਓ ਜੇਕਰ ਉਹ ਜਿਹੜੇ ਨਹੀਂ ਕਰਨਗੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਉਹਨਾਂ ਦਾ ਕਹਿਣਾ ਕਿ ਅਮਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਜਿਹੜੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਦੀ ਇੰਤਲਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਕਿ ਅਮਰਪਾਲ ਸਿੰਘ ਉਹਨਾਂ ਦੇ ਘਰ ਦੇ ਵਿੱਚ ਰੁਕਿਆ ਸੀ ਜਾਂ ਰੁਕਿਆ ਹੈ ਤਾਂ ਤਾਂ ਉਹਨਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਹੰਦ ਲਈ ਕਹਿ ਕੇ ਗਿਆ ਤੇ ਨਾਲ ਹੀ ਦੱਸਿਆ ਕਿ ਇਹ ਬਿਆਨ ਜਿਹੜੇ ਨੇ ਐਫ ਆਈ ਆਰ ਦੇ ਵਿੱਚ ਦਰਜ ਕਰਵਾਏ ਗਏ ਨੇ ਪਿੰਨ ਸ਼ੇਖਪੂਰਾ ਦੇ ਗਰੰਥੀ ਦੇ ਪਤਨੀ ਵੱਲੋਂ ਬਿਆਨ ਦਰਜ ਕਰਵਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਬਿਆਨ ਦਰਜ ਕਰਵਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਕਿ 18 ਤਰੀਕ ਨੂੰ 18 ਤਰੀਕ ਨੂੰ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਦਾਖਲ ਹੁੰਦਾ ਹੈ ਪਲੈਟਿਨਾ ਮੋਟਰਸਾਈਕਲ ਤੇ ਆਂਦਾ ਦੋਸਤੋ ਦੋਵਾਂ ਦੇ ਮੂੰਹ ਬੰਨੇ ਹੋਏ ਸਿਗੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਦਾਖਲ ਹੋ ਜਾਂਦਾ ਹੈ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਹੀ ਰਿਹੈਸ਼ ਬਣੀ ਹੋਈ ਹੈ ਉਸ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹਨਾਂ ਨੇ ਜਿਹੜਾ ਸਾਨੂੰ ਪਿਸਤੌਲ ਦਿਖਾ ਕੇ ਜਬਰੀ ਡਰਾਇਆ ਧਮਕਾਇਆ ਸਾਨੂੰ ਬੰਦੀ ਬਣਾਇਆ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਸਨੇ ਆਪਣੇ ਮੂੰਹ ਤੋਂ ਕਪੜਾ ਉਤਾਰ ਦਿੱਤਾ ਉਹਨਾਂ ਦੇ بیٹے ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਨੂੰ ਪਛਾਣ ਲਿਆ ਜਾਂਦਾ ਹੈ ਇੰਨਾ ਹੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਉਸਨੇ ਪਿਸਤੌਲ ਰੱਖ ਕੇ ਸਾਨੂੰ ਕਿਹਾ ਕਿ ਸਾਨੂੰ ਆਪਣਾ ਮੋਟਰਸਾਈਕਲ ਦੇ ਦਿਓ ਸਾਨੂੰ ਇੱਕ ਲੋਹੀ ਐਨਕਾਂ ਤੇ ਇੱਕ ਪੰਨੇ ਦੀ ਮੰਗ ਕੀਤੀ ਜਾਂਦੀ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਪਿਸਤੌਲ ਦਿਖਾ ਕੇ ਪਰਨਾ ਐਨਕਾਂ ਤੇ ਲੋਹੀ ਦੀ ਮੰਗ ਕੀਤੀ ਜਾਂਦੀ ਹੈ ਤੇ ਦੱਸਿਓ ਕਿ ਡਰ ਦੇ ਮਾਰੇ ਉਹਨਾਂ ਦਾ ਕਹਿਣਾ ਹੈ ਕਿ ਡਰ ਦੇ ਮਾਰੇ ਮੇਰੇ بیٹے ਨੇ ਉਸ ਨੂੰ ਜੋ ਚੀਜ਼ਾਂ ਉਸ ਦੇ ਵੱਲੋਂ ਮੰਗੀਆਂ ਗਈਆਂ ਉਹ ਦੇ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਨੇ ਪਰਨੇ ਦੇ ਨਾਲ ਆਪਣਾ ਮੂਲ ਭੇਟ ਲਿਆ ਤੇ ਆਪਸ ਦੇ ਵਿੱਚ ਜਿਹੜੇ ਸਾਥੀ ਅਮਰਿਤਪਾਲ ਦਾ ਤੇ ਅਮਰਿਤਪਾਲ ਜਿਹੜੇ ਸੀਗੇ ਉਹਨਾਂ ਦੇ ਦੋਹਾਂ ਦੇ ਵੱਲੋਂ ਆਪਸ ਦੇ ਵਿੱਚ ਆਪਣੀਆਂ ਜੈਕਟਾਂ ਦੀ ਵੀ ਤਬਦੀਲੀ ਕੀਤੀ ਜਾਂਦੀ ਹੈ ਜੈਕਟਾਂ ਬਦਲ ਲਈਆਂ ਜਾਂਦੀਆਂ ਨੇ ਤੇ ਇੰਨਾ ਹੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੇ ਕਿਸੇ ਨੂੰ ਵੀ ਪੁਲਿਸ ਸੰਬੰਧ ਪੁਲਿਸ ਨੂੰ ਇਸ ਸੰਬੰਧੀ ਇੰਤਲਾਹ ਦਿੱਤਾ ਤਾਂ ਉਹਨਾਂ ਉਹਨਾਂ ਨੂੰ ਨਤੀਜੇ ਭੁਗਤਣ ਦੇ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਅੰਜਾਮ ਭੁਗਤਣ ਦੇ ਲਈ ਤਿਆਰ ਰਹਿਓ ਇਹ ਬਿਆਨ ਜਿਹੜੇ ਨੇ ਗਰੰਥੀ ਦੀ ਪਤਨੀ ਵੱਲੋਂ ਦਰਜ ਕਰਵਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਰ ਦਰਿਆ ਉਹਨੂੰ ਸਤਲੁਜ ਦਰਿਆ पार ਕਰਵਾਉਣ ਦੀ ਕਰਵਾਉਣ ਦੀ ਗੱਲ ਕਹੀ ਜਾ ਰਹੀ ਸੀ ਅੰਮ੍ਰਿਤਪਾਲ ਵੱਲੋਂ ਉਹਨਾਂ ਦੇ ਬੇਟੇ ਨੂੰ ਕਿਹਾ ਜਾ ਰਿਹਾ ਸੀ ਕਿ ਸਤਲੁਜ ਦਾ ਦਰਿਆ ਜਿਹੜਾ ਉਹ ਪਾਰ ਕਰਵਾ ਦਿੱਤਾ ਜਾਵੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਤਲੁਜ ਪਾਰ ਕਰਨ ਦੇ ਲਈ ਬੇੜੀ ਨਹੀਂ ਮਿਲ ਰਹੀ ਹੈ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਹੁੰਦੇ ਹੋਏ ਸਤਲੁਜ ਦਰਿਆ ਦਾ ਪੁਲ ਜਿਹੜਾ ਪਾਰ ਕਰਵਾ ਦਿੱਤਾ ਜਾਂਦਾ ਹੈ ਤੇ ਬੇਟੇ ਦਾ ਕਹਿਣਾ ਹੈ ਕਿ ਇਹਹੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਬਿਆਨ ਦਰਜ ਕਰਵਾਏ ਗਏ ਨੇ ਪਤਨੀ ਵੱਲੋਂ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਕਿ ਜਿਹੜਾ ਪਲੈਟੀਨਾ ਬਾਈ ਅਮਰਿਤਪਾਲ ਸਿੰਘ ਦਾ ਉਹਨਾਂ ਦੇ ਕੋਲ ਸੀਗਾ ਉਹ ਖਰਾਬ ਹੋ ਜਾਂਦਾ ਜਿਸ ਤੋਂ ਬਾਅਦ ਉਸਨੂੰ ਦਾਰਾਪੁਰ ਇਲਾਕੇ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਇਹ ਬਿਆਨ ਜਿਹੜੇ ਨੇ ਪਤਨੀ ਵੱਲੋਂ ਲਿਖਵਾਏ ਗਏ ਨੇ ਅਗਰੰਥੀ ਸਾਹਿਬ ਦੀ ਪਤਨੀ ਵੱਲੋਂ ਲਿਖਵਾਏ ਗਏ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਜ਼ਬਰਦਸਤ ਦਾਖਲ ਹੁੰਦਾ ਹੈ ਉਹਨਾਂ ਦੇ ਹਥਿਆਰਾਂ ਦੇ ਨੋਕਤੇ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਹੈ ਸਤਲੁਜ ਦਰਿਆ पार ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੇਟੇ ਵੱਲੋਂ ਉਸਨੂੰ ਸਤਲੁਜ ਦਰਿਆ ਪਾਰ ਕਰਵਾਇਆ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਸੀ ਕਾਫ ਅੱਜ ਅਸੀਂ ਉਸ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕਰਵਾਈ ਹੈ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਉੱਪਰ ਹੁਣ ਇੱਕ ਨਵੀਂ ਐਫਆਈਆਰ ਦਰਜ ਹੋਈ ਹੈ ਇਸ ਤੋਂ ਪਹਿਲਾਂ ਵੀ ਨੰਗਲੰਬਿਆ ਗੁਰਦੁਆਰੇ ਦੇ ਜਿਹੜੇ ਗ੍ਰੰਥੀ ਨੇ ਉਹਨਾਂ ਦੀ ਪਤਨੀ ਵੱਲੋਂ ਵੀ ਉਹਨਾਂ ਦੀ ਪਤਨੀ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜ਼ਬਰਦਸਤੀ ਉਹਨਾਂ ਦੇ ਘਰ ਦਾਖਲ ਹੋਇਆ ਸੀ ਤੇ ਉਹ ਹਥਿਆਰਾਂ ਦੀ ਨੋਕ ਦੇ ਉੱਪਰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹ ਰਹਿੰਦਾ 45 ਮਿੰਟ ਦਾ ਸਮਾਂ ਉਹਨਾਂ ਦੇ ਅਧਿਕਾਰ ਰਹਿੰਦਾ ਹੈ ਉਹਨਾਂ ਦੇ ਘਰ ਪੇਸ ਬਦਲਦਾ ਹੈ ਕੱਪੜੇ ਲੰਦਦਾ ਉਸ ਤੋਂ ਬਾਅਦ ਉੱਥੋਂ ਦੀ ਉਹ ਫਰਾਰ ਹੋ ਜਾਂਦਾ ਹੈ ਬਰੀਜ਼ਾ ਗੱਡੇ ਦੇ ਦੱਸਿਆ ਕਿ ਬਰੀਜ਼ਾ ਗੱਡੀ ਤੋਂ ਬਾਅਦ ਅਮਰਿਤਪਾਲ ਸਿੰਘ ਵੱਲੋਂ ਪਲੇਟਿਨਾ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ ਉਸੇ ਹੀ ਪਲੇਟਿਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਅਮਰਿਤਪਾਲ ਸਿੰਘ ਦੇ ਪਿੰਡ ਸ਼ੇਖਪੂਰਾ ਪਾਂਚ ਦੇ ਦੱਸਿਆ ਕਿ 6 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੋ ਬਿਆਨਾਂ ਦੇ ਵਿੱਚ ਗ੍ਰੰਥੀ ਦੀ ਪਤਨੀ ਵੱਲੋਂ ਲਿਖਵਾਇਆ ਗਿਆ 6 ਵਜੇ ਦੀ ਘਟਨਾ ਉਹਨਾਂ ਦਾ ਕਹਿਣਾ ਹੈ ਕਿ ਹੋਈ ਹੈ 6 ਵਜੇ ਦੇ ਕਰੀਬ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਜਬਰਦਸਤ ਦਾਖਲ ਹੋਇਆ ਹਥਿਆਰਾਂ ਦੀ ਨੋਕ ਤੇ ਬੰਦੀ ਬਣਾਇਆ ਤੇ ਉਸਨੇ ਵੱਲੋਂ ਸਤਲੁਜ ਦਰਿਆ ਪਾਰ ਕਰਵਾਉਣ ਦੀ ਗੱਲ ਜਿਹੜੀ ਹੈ ਕਹੀ ਜਾਂਦੀ ਹੈ ਉੱਥੇ ਹੀ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਪਲੇਟਿਨਾ ਬਾਈਕ ਹੈ ਦਾਰਾਪੁਰ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਉਹੀ ਅਗਰੰਥੀ ਦੀ ਪਤਨੀ ਦੇ ਬੇਟੇ ਦਾ ਵੀ ਇਹੀ ਕਹਿਣਾ ਹੈ ਕਿ ਦਾਰਾਪੁਰ ਇਲਾਕੇ ਦੇ ਵਿੱਚ ਉਹ ਛੱਡ ਦਿੱਤੀ ਗਈ ਸੀ ਕਿਉਂਕਿ ਅਮਰਿਤਪਾਲ ਦੀ ਬਾਈਕ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਦੱਸਿਆ ਕਿ ਬਾਈਕ ਤੋਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਜੁਗਾੜੂ ਰੇੜੇ ਦੇ ਵਿੱਚ ਅਮਰਿਤਪਾਲ ਸਿੰਘ ਆਪਣੇ ਸਾਥੀ ਦੇ ਨਾਲ ਪਲੇਟਿਨਾ ਬਾਈਕ ਤੇ ਨਾਲ ਜਿਹੜਾ ਨਜ਼ਰ ਆ ਰਿਹਾ ਸੀ ਪਲੇਟਿਨਾ ਬਾਈਕ ਲੱਗਦਾ ਸੀ ਕਿ ਖਰਾਬ ਹੋ ਗਈ ਹੈ ਜੁਗਾੜੂ ਰੇੜੇ ਵਾਲਾ ਵੀ ਜਿਹੜਾ ਇਸ ਤੋਂ ਬਾਅਦ ਸਾਹਮਣੇ ਆਇਆ ਸੀ ਉਸ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਜੋ ਕਿ ਉਸਨੇ ਪਛਾਣੇ ਨਹੀਂ ਸੀ ਉਹਨੂੰ ਨਹੀਂ ਪਤਾ ਸੀ ਕਿ ਉਹ ਅਮਰਿਤਪਾਲ ਹੈ ਜਾਂ ਉਸਦੇ ਸਾਥੀ ਹੈ ਉਸਦਾ ਕਹਿਣਾ ਸੀ ਕਿ ਉਹ ਉੱਥੇ ਖੜੇ ਸੀਗੇ ਤੇ ਉਹਨਾਂ ਨੇ ਉਹ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਉਹਨਾਂ ਨੇ ਅਮੂਨਨ ਅਮੂਮਨ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਅਸੀਂ ਰਸਤਾ ਜਿਹੜਾ ਸਾਨੂੰ ਸਾਡੀ ਬਾਈਕ ਖਰਾਬ ਹੋ ਗਈ ਹੈ ਸਾਡੀ ਬਾਈਕ ਪੰਕਚਰ ਹੈ ਜਿਸ ਤੋਂ ਬਾਅਦ ਉਹਨਾਂ ਨੇ 100 ਰੁਪਏ ਕਿਰਾਇਆ ਵੀ ਜਿਹੜਾ ਰੇੜੀ ਵਾਲੇ ਨੂੰ ਦਿੱਤਾ ਸੀਗਾ ਤੇ ਨਾਲ ਹੀ ਉਹ ਰੇੜੀ ਵਾਲੇ ਦਾ ਕਹਿਣਾ ਸੀ ਕਿ ਉਸਨੇ ਪੰਚਰ ਵਾਲੀ ਦੁਕਾਨ ਤੇ ਉਹਨਾਂ ਪੈਂਚਰ ਦੀ ਦੁਕਾਨ ਤੇ ਜਿਹੜਾ ਉਹਨਾਂ ਦੋਵਾਂ ਨੂੰ ਛੱਡਿਆ ਸੀ ਉੱਥੇ ਹੀ ਦੱਸਦੀ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਅਮਰਿਤਪਾਲ ਦੇ ਉੱਪਰ ਗ੍ਰੰਥ ਸਾਹਿਬ ਦੀ ਪਤਨੀ ਵੱਲੋਂ ਜਿਹੜੀ ਐਫਆਈਆਰ ਦਰਜ ਕਰਵਾਈ ਗਈ ਹੈ ਤੇ ਬਿਆਨ ਜਿਹੜੇ ਨੇ ਉਸੇ ਵੱਲੋਂ ਲਿਖਵਾਏ ਗਏ ਨੇ ਉਹ ਬਿਆਨ ਅਸੀਂ ਤੁਹਾਨੂੰ ਸੁਣਾਏ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜਬਰੇ ਦਾਖਲ ਹੋਇਆ ਸੀ ਸਤਲੁਜ ਪਾਰ ਕਰਵਾਉਣ ਦੀ ਗੱਲ ਜਿਹੜੀ ਹੈ ਕਹੀ ਜਾ ਰਹੀ ਸੀ। ਉੱਥੇ ਇਹ ਦੱਸਦੀ ਹੈ ਕਿ ਵੱਖ-ਵੱਖ ਜਿਹੜੇ ਥਿਊਰੀਜ਼ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਚੀਜ਼ਾਂ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵਾਹਨ ਜ਼ਬਤ ਹੋ ਰਹੇ ਨੇ ਤੇ ਉੱਥੇ ਹੀ ਦੱਸ ਦਈਏ ਕਿ ਕਈ ਸਾਰੇ ਮਾਮਲੇ ਇਸ ਸਿੱਧੇ ਵਿੱਚ ਦਰਜ ਹੋਏ ਨੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਤੱਕਨ 207 ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ 207 ਵਿਅਕਤੀ ਜਿਹੜੇ ਨੇ ਹਿਰਾਸਤ ਦੇ ਵਿੱਚ ਲਏ ਗਏ ਨੇ ਜਿਸ ਦੇ ਵਿੱਚੋਂ ਪੁਲਿਸ ਦਾ ਕਹਿਣਾ ਹੈ ਕਿ 30 ਵਿਅਕਤੀ ਜਿਹੜੇ ਨੇ ਉਹ ਹਾਰਡ ਕੋਰ ਕ੍ਰਿਮੀਨਲ ਨੇ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ 177 ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਜਲਦ ਹੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਇਹ ਗੱਲ ਜਿਹੜੀ ਹੈ ਆਈਜੀ ਸੁਖਚੈਨ ਗਿੱਲ ਵੱਲੋਂ ਕਹੀ ਗਈ ਹੈ ਤੇ ਉੱਥੇ ਹੀ ਦੱਸ ਦਈਏ ਅੱਜ ਲਗਾਤਾਰ ਅੱਜ ਸੱਤਵਾਂ ਦਿਨ ਸ਼ਨੀਵਾਰ ਨੂੰ ਅੰਮ੍ਰਿਤਪਾਲ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਉਸ ਦੀ ਪਾਲ ਕੀਤੀ ਜਾ ਰਹੀ ਸੀ ਤੇ ਅੱਜ ਲਗਾਤਾਰ ਸੱਤਵਾਂ ਦਿਨ ਹੈ ਹਾਲੇ ਤੱਕ ਅੰਮ੍ਰਿਤਪਾਲ ਗ੍ਰਫਤਾਰ ਨਹੀਂ ਹੋ ਪਾਇਆ ਅੰਮ੍ਰਿਤਪਾਲ ਸਿੰਘ ਹਾਲੇ ਤੱਕਨ ਫਰਾਜ ਚੱਲ ਰਿਹਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬੀ ਬੁਲੇਟਿਨ